ਜੇ ਤੁਹਾਡੇ ਘਰਾਂ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਸਿੱਧਾ ਉਹਨੂੰ ਹੈਂਡਲ ਨਹੀਂ ਕਰਨਾ ਜਦੋਂ ਤੱਕ ਤੁਹਾਨੂੰ ਜਾਣਕਾਰੀ ਨਹੀਂ ਹੈਗੀ। ਤੁਸੀਂ ਇਹ ਨਹੀਂ ਹੈਗਾ ਕਿ ਕੋਈ ਯੂਟਿਊਬ ਉੱਤੇ ਜਾਂ ਕਿਸੇ ਹੋਰ ਸਾਧਨ 'ਤੇ ਸੋਸ਼ਲ ਮੀਡੀਆ 'ਤੇ ਕਿਸੇ ਜਿਵੇਂ ਰੈਸਕਿਊਰ ਨੂੰ ਦੇਖਿਆ ਕਿ ਉਹਨੇ ਸੱਪ ਨੂੰ ਕਿਵੇਂ ਕਾਬੂ ਕੀਤਾ ਤਾਂ ਤੁਸੀਂ ਵੀ ਉਵੇਂ ਫੜਨ ਦੀ ਕੋਸ਼ਿਸ਼ ਕਰ ਲਈ, ਉਹਨੇ ਬਿਨਾਂ ਜ਼ਹਿਰ ਵਾਲਾ ਫੜਿਆ ਹੋਊਗਾ, ਤੁਸੀਂ ਜ਼ਹਿਰ ਵਾਲੇ ਨੂੰ ਹੱਥ ਪਾਲਿਆ ਤਾਂ ਤੁਹਾਡੀ ਜਾਨ ਜਾ ਸਕਦੀ ਹੈ। ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਬੰਦਾ ਕਿੰਨਾ ਮਰਜ਼ੀ ਪਰਫੈਕਟ ਹੋਵੇ, ਕਿਤੇ ਨਾ ਕਿਤੇ ਪਰਫੈਕਟ ਬੰਦਾ ਵੀ ਕਹਿੰਦੇ ਘਾਟਾ ਖਾ ਜਾਂਦਾ, ਅਤੇ ਤੁਹਾਡੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਇੱਦਾਂ ਹੋਇਆ ਹੋਵੇ ਵੀ ਤੁਸੀਂ ਕੋਈ ਸਨੇਕ ਰੈਸਕਿਊ ਕੀਤਾ ਹੋਵੇ ਜਾਂ ਉਹਨੇ ਤੁਹਾਨੂੰ ਬਾਈਟ ਕੀਤਾ ਹੋਵੇ? ਬਿਲਕੁਲ ਜੀ, ਦੇਖੋ ਜੇ ਆਪਾਂ ਕੰਮ ਕਰਾਂਗੇ ਤਾਂ ਇੰਸੀਡੈਂਟ ਵੀ ਹੋਣਗੇ, ਐਕਸੀਡੈਂਟ ਵੀ ਹੋਣਗੇ, ਚਾਹੇ ਉਹ ਜੇ ਬਿਜਲੀ 'ਤੇ ਕੋਈ ਮਕੈਨਿਕ ਕੰਮ ਕਰਦਾ ਤਾਂ ਉਹਦੇ ਵੀ ਜ਼ਿੰਦਗੀ 'ਚ ਕਰੰਟ ਲੱਗੇਗਾ, ਕੋਈ ਡਰਾਈਵਰ ਹੈਗਾ ਉਹਦਾ ਵੀ ਐਕਸੀਡੈਂਟ ਤਾਂ ਹੋਇਆ ਹੀ ਹੋਏਗਾ। ਤਾਂ ਸੋ ਅਸੀਂ ਵੀ ਇਹ ਬੜਾ ਜੋਖਿਮ ਭਰਿਆ ਕੰਮ ਕਰਦੇ ਹਾਂ, ਇੱਕ ਸੱਪ ਨੂੰ ਰੈਸਕਿਊ ਕਰਨਾ ਬੜਾ ਜਿਹੜਾ ਔਖਾ ਅਤੇ ਦਲੇਰੀ ਵਾਲਾ ਕੰਮ ਹੈ। ਪਰ ਥੋੜ੍ਹਾ ਚਿਰ ਪਹਿਲਾਂ ਹੀ ਮੇਰੇ ਜਿਹੜਾ ਕੋਬਰਾ, ਜਿਹੜਾ ਭਾਰਤ ਦਾ ਸਭ ਤੋਂ ਜ਼ਹਿਰੀਲੇ ਸੱਪਾਂ 'ਚ ਆਉਂਦਾ, ਮੈਕਸੀਮਮ ਮੌਤਾਂ ਜਿਹੜੀਆਂ ਉਹ ਕੋਬਰਾ ਦੇ ਡਸਣ ਨਾਲ ਹੁੰਦੀਆਂ, ਅਤੇ ਉਹਦਾ ਮੈਨੂੰ ਜਿਹੜਾ ਹੈਗਾ ਮੇਰੇ 'ਤੇ ਬਾਈਟ ਹੋ ਗਈ ਸੀ। ਇਹਦੇ 'ਚ ਦੇਸੀ ਇਲਾਜ ਜਿਹੜਾ ਹੈਗਾ ਜਾਂ ਟੋਟਕੇ ਜਾਂ ਅਜਮਾਉਣਾ, ਕਿਉਂਕਿ ਜਦੋਂ ਮੌਤ ਨੇੜੇ ਹੋਵੇ ਤਾਂ ਤਜਰਬੇ ਨਹੀਂ ਕਰੀਦੇ ਹੁੰਦੇ, ਤਾਂ ਇੱਦਾਂ ਦੇ ਜਿਹੜੇ ਹੈਗੇ ਤਜਰਬੇ ਨਾਲੋਂ ਚੰਗਾ ਹੈ ਕਿ ਸਮਾਂ ਰਹਿੰਦੇ ਤੁਸੀਂ ਕਿਸੇ ਵਧੀਆ ਡਾਕਟਰ ਕੋਲ ਜਾਓ। ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਹੁੰਦੇ ਆ, ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਮਣਕਾ ਹੈਗਾ, ਮਣਕਾ ਲਗਾਉਣ ਦੇ ਨਾਲ ਮਤਲਬ ਜ਼ਹਿਰ ਬਾਹਰ ਖਿੱਚ ਲਾਂਗੇ, ਪਰ ਜੇ ਤੁਸੀਂ ਮਣਕੇ ਦੀ ਗੱਲ ਕਰੋ ਤਾਂ ਮੈਂ ਉੱਥੇ ਪ੍ਰੈਕਟੀਕਲ ਦੱਸਣਾ ਚਾਹਾਂਗਾ ਇਹ, ਕਿਉਂਕਿ ਕਈ ਲੋਕ ਤੁਹਾਨੂੰ ਇਸ ਗੱਲ 'ਤੇ ਵੀ ਕਿੰਤੂ ਪਰੰਤੂ ਕਰਨਗੇ ਕਿ ਜੀ ਮਣਕਾ ਹੁੰਦਾ ਅਤੇ ਸਾਡੇ ਗੁਆਂਢ 'ਚ ਕਿਸੇ ਬੰਦੇ ਦੇ ਸੱਪ ਲੜ ਗਿਆ ਸੀ ਜੀ, ਉਹਨੇ ਲਾਇਆ ਅਤੇ ਸਾਡਾ ਬੰਦਾ ਠੀਕ ਹੋ ਗਿਆ। ਪਹਿਲਾਂ ਤਾਂ ਇਹ ਪੁੱਛੋ ਵੀ ਜਿਹਦਾ ਜਿਹੜਾ ਠੀਕ ਹੋ ਗਿਆ ਸੀ ਕੀ ਉਹ ਕੋਬਰਾ ਸੱਪ ਨੇ ਡੱਸਿਆ ਸੀ, ਉਹ ਰਸਲ ਵਾਈਪਰ ਨੇ ਡੱਸਿਆ ਸੀ, ਕਿ ਸਿਰਫ ਸੱਪ ਨੇ ਡੱਸਿਆ ਸੀ, ਮਤਲਬ ਸੱਪ ਨੇ ਕੱਟ ਲਿਆ। ਤਾਂ ਸਭ ਤੋਂ ਜਿਹੜੀ ਪਹਿਲਾਂ ਫਸਟ ਏਡ ਹੁੰਦੀ ਆ, ਮਤਲਬ ਮੁੱਢਲੀ ਸਹਾਇਤਾ ਜਿਹੜੀ ਹੁੰਦੀ ਆ, ਉਹ ਕੀ ਦੇ ਸਕਦੇ ਹਾਂ ਆਪਾਂ? ਤਾਂ ਸਨੇਕ ਬਾਈਟ ਦੇ ਵਿੱਚ ਵੀ ਇਹੀ ਹੁੰਦਾ ਕਿ ਪਹਿਲਾਂ ਤੁਹਾਨੂੰ ਇਹਦੀ ਫਸਟ ਏਡ ਜ਼ਰੂਰੀ ਆ। ਫਸਟ ਏਡ ਇਹ ਆ ਜੀ, ਦੇਖੋ ਸੱਪ ਆ ਜਿਹੜਾ ਉਹ ਜਾਂ ਤਾਂ ਹੱਥ 'ਤੇ ਲੜੇਗਾ ਜਾਂ ਪੈਰ 'ਤੇ ਲੜੇਗਾ। ਜ਼ਿਆਦਾਤਰ ਜਿਹੜਾ 99% ਕੇਸਾਂ ਦੇ ਵਿੱਚ ਸੱਪ ਹੋਰ ਕਿਤੇ ਵੀ ਡੰਗ ਨਹੀਂ ਮਾਰਦਾ, ਕਿਉਂਕਿ ਜਾਂ ਤਾਂ ਇਨਸਾਨ ਦਾ ਹੱਥ ਕੰਮ ਕਰ ਰਿਹਾ ਹੁੰਦਾ ਨੇੜੇ ਜਾਂ ਪੈਰ ਜਾ ਕੇ ਕੰਮ ਕਰੂਗਾ। ਤਾਂ ਮੈਂ ਫਸਟ ਏਡ ਦੀ ਗੱਲ ਦੱਸਦਾ ਵੀ ਜੇ ਹੱਥ 'ਤੇ ਜਿਹੜਾ ਸੱਪ ਲੜਿਆ ਤਾਂ ਤੁਸੀਂ ਜਿਹੜਾ ਛੱਡ ਕੇ ਹੱਥ ਤੋਂ ਉੱਪਰ ਜਿਹੜਾ ਜਾਂ ਮੋਢੇ ਤੋਂ ਬੰਨ ਲਓ ਜਾਂ ਜਿਹੜੀ ਹੈਗੀ ਆ ਕੂਹਣੀ ਕੋਲੋਂ ਬੰਨ ਲਓ। ਬੰਨਣਾ ਵੀ ਜਿਹੜਾ ਹੈਗਾ ਇੱਕ ਉਹਦਾ ਵੀ ਇੱਕ ਤਰੀਕਾ ਹੈ ਬੰਨਣ ਦਾ। ਆਮ ਤੌਰ 'ਤੇ ਕਹਿੰਦੇ ਹੁੰਦੇ ਆ ਕਿ ਕੱਟ ਲਾ ਲਓ ਬਲੇਡ ਦੇ ਨਾਲ, ਤਾਂ ਇੱਦਾਂ ਕਰਕੇ ਮਤਲਬ ਉਹ ਟੁੱਟ ਕੇ ਕੰਮ ਆਉਂਦੇ। ਹੁਣ ਮੇਰੇ ਸੱਪ ਲੜਿਆ ਤਾਂ ਕਿਸੇ ਨੇ ਕਹਿਤਾ ਕੱਟ ਲਾ ਲਾ, ਉਹਨੇ ਇੱਥੇ ਕੱਟ ਲਾ ਤਾ, ਇਹ ਮੇਰੀ ਨਸਾਂ ਮੇਰੀ 'ਚ ਖੂਨ ਜਿਹੜਾ ਵਗਦਾ, ਠੀਕ ਹੈ, ਮੇਰਾ ਐੱਚ ਬੀ ਤੁਸੀਂ ਖਤਮ ਕਰ ਦਿਓਗੇ, ਮੇਰਾ ਖੂਨ ਹੈ ਜਿਹੜਾ ਉਹ ਖਤਮ ਹੋ ਜੂਗਾ, ਇੱਥੇ ਕੱਟ ਲਾ ਤਾ, ਜਾਂ ਮੇਰੀ ਖੂਨ ਦੀ ਜਿਹੜੀ ਮੁੱਖ ਨਸ ਹੈ ਆਰਟਰੀ ਹੈਗੀ ਹੈ ਉਹ ਵੱਢੀ ਗਈ, ਤਾਂ ਕੋਈ ਡਾਕਟਰ ਬਚਾ ਹੀ ਨਹੀਂ ਸਕੂਗਾ। ਪਰ ਅੱਜ ਤੁਹਾਡੀ ਮੁਲਾਕਾਤ ਅਸੀਂ ਇੱਕ ਸ਼ਖਸ ਦੇ ਨਾਲ ਕਰਵਾਉਣ ਜਾ ਰਹੇ ਹਾਂ, ਗੁਰਵਿੰਦਰ ਸ਼ਰਮਾ ਦੇ ਨਾਲ, ਜੋ ਕਿ ਸਾਨੂੰ ਦੱਸਣਗੇ ਕਿਹੜੇ ਸੱਪ ਜਾਂ ਜਾਨਵਰ ਜ਼ਹਿਰੀਲੇ ਹੁੰਦੇ ਨੇ, ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਕਿਉਂਕਿ ਇਹਨਾਂ ਦਾ ਇੱਕ ਆਪਰੇਸ਼ਨ ਚਲਾਇਆ ਹੋਇਆ ਜੋ ਕਿ ਰੈਸਕਿਊ ਕਰਦੇ ਨੇ, ਜੋ ਕਿ ਸਨੇਕ ਹੁੰਦੇ ਨੇ ਜਾਂ ਜ਼ਹਿਰੀਲੇ ਜਿਹੜੇ ਵੀ ਜਾਨਵਰ ਹੁੰਦੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਛੱਡ ਕੇ ਆਉਂਦੇ ਨੇ, ਅਤੇ ਜ਼ਿਆਦਾ ਜਾਣਕਾਰੀ ਅਸੀਂ ਉਹਨਾਂ ਤੋਂ ਹੀ ਲੈਂਦੇ ਹਾਂ, ਅਤੇ ਆਓ ਤੁਹਾਡੀ ਮੁਲਾਕਾਤ ਕਰਵਾਉਣੀ ਉਹਨਾਂ ਦੇ ਨਾਲ। ਗੁਰਵਿੰਦਰ ਸ਼ਰਮਾ ਜੀ, ਸਵਾਗਤ ਹੈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸੋ ਸ਼ਰਮਾ ਜੀ, ਜਿਵੇਂ ਪਹਿਲਾਂ ਹੀ ਮੇਰਾ ਸਵਾਲ ਇਹੀ ਹੈ ਕਿ ਜਦੋਂ ਘਰਾਂ ਦੇ ਵਿੱਚ ਸਾਡੇ ਕੋਈ ਸੱਪ ਨਿਕਲਦਾ ਜਾਂ ਕੋਈ ਜ਼ਹਿਰੀਲਾ ਜਾਨਵਰ ਜਿਹਨੂੰ ਆਪਾਂ ਚੰਨਣਗੀਰਾ ਗੋਹ ਵਗੈਰਾ ਵੀ ਆਪਾਂ ਕਹਿ ਦਿੰਦੇ ਹਾਂ, ਤਾਂ ਇਨਸਾਨ ਇੱਕਦਮ ਡਰ ਜਾਂਦਾ ਵੀ ਕਿਤੇ ਸਾਨੂੰ ਇਹ ਕੱਟ ਨਾ ਲਵੇ। ਪਹਿਲਾਂ ਤਾਂ ਆਪਾਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਵੀ ਜਦੋਂ ਕੋਈ ਇੱਦਾਂ ਦਾ ਜਾਨਵਰ ਨਿਕਲਦਾ ਵੀ ਉਹ ਮੋਸਟਲੀ ਜ਼ਹਿਰੀਲੇ ਹੀ ਹੁੰਦੇ ਆ ਜਾਂ ਨਹੀਂ ਹੁੰਦਾ ਜ਼ਹਿਰੀਲਾ? ਗਗਨ ਜੀ, ਉਹ 'ਚ ਇਹ ਹੈ ਕਿ ਜਿੰਨਾ ਚਿਰ ਆਪਾਂ ਨੂੰ ਪਹਿਚਾਣ ਨਹੀਂ ਹੈਗੀ ਕਿਸੇ ਜਾਨਵਰ ਦੀ, ਉਨਾ ਚਿਰ ਅਸੀਂ ਹਰ ਜਾਨਵਰ ਨੂੰ ਜ਼ਹਿਰੀਲਾ ਹੀ ਸਮਝ ਗਏ। ਕਿਉਂਕਿ ਜੇ ਆਪਣੇ ਕੋਈ ਜਾਨਵਰ ਆਪਾਂ ਨੂੰ ਮਿਲਦਾ, ਆਪਾਂ ਨੂੰ ਦਿਖਦਾ ਜਾਂ ਆਪਣੇ ਡੰਗ ਮਾਰ ਲੈਂਦਾ, ਤਾਂ ਜੇ ਆਪਾਂ ਕਹਿ ਦਈਏ ਕਿ ਯਾਰ ਇਹ ਜ਼ਹਿਰੀਲਾ ਨਹੀਂ ਹੋਵੇਗਾ, ਤਾਂ ਵੀ ਜਾਨ ਨੂੰ ਖਤਰਾ ਹੈ ਉਹ ਜ਼ਹਿਰੀਲਾ ਹੋਇਆ ਤਾਂ। ਜੇ ਉਹ ਜ਼ਹਿਰੀਲਾ ਨਹੀਂ ਹੈਗਾ ਤਾਂ ਚਲੋ ਬੰਦੇ ਦੀ ਜਿਹੜੀ ਹੈਗੀ ਹੈ ਜਾਨ ਉਹ ਸੁਰੱਖਿਅਤ ਹੈ, ਜਾਨ ਬਚ ਜਾਏਗੀ। ਤਾਂ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜੇ ਤੁਹਾਡੇ ਇੱਦਾਂ ਦਾ ਕੋਈ ਜਾਨਵਰ ਆਉਂਦਾ ਤਾਂ ਤੁਸੀਂ ਘਬਰਾਉਣਾ ਨਹੀਂ, ਪੈਨਿਕ ਨਹੀਂ ਹੋਣਾ, ਕਿਉਂਕਿ ਇੱਦਾਂ ਦਾ ਜਾਨਵਰ ਕਦੇ ਵੀ ਤੁਹਾਡੇ 'ਤੇ ਸਿੱਧਾ ਹਮਲਾ ਨਹੀਂ ਕਰਦਾ। ਜਦੋਂ ਤੱਕ ਤੁਸੀਂ ਉਹਦੇ ਨੇੜੇ ਨਹੀਂ ਜਾਂਦੇ, ਤੁਸੀਂ ਉਹਨੂੰ ਛੇੜਦੇ ਨਹੀਂ ਜਾਂ ਉਹਦੇ ਨਾਲ ਤੁਸੀਂ ਛੇੜਖਾਨੀ ਨਹੀਂ ਕਰਦੇ ਕਿਸੇ ਕਿਸਮ ਦੀ, ਉਹਦੇ ਉਹਨੂੰ ਡਿਸਟਰਬ ਨਹੀਂ ਕਰਦੇ। ਇਹ ਜਾਨਵਰ ਆ ਜਿਹੜੇ ਭੋਜਨ ਦੀ ਤਲਾਸ਼ ਦੇ ਵਿੱਚ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦੁਕਾਨਾਂ ਮਕਾਨਾਂ 'ਚ ਆ ਜਾਂਦੇ ਆ, ਅਤੇ ਉਹ ਆਪਦਾ ਭੋਜਨ ਤਲਾਸ਼ਦੇ ਆ, ਪਰ ਮਨੁੱਖ ਨੂੰ ਨਹੀਂ ਪਤਾ ਹੁੰਦਾ ਕਿ ਉਹ ਲੁਕਿਆ ਬੈਠਾ, ਅਤੇ ਉਹ ਮਨੁੱਖ ਤੋਂ ਡਰਦੇ ਹੁੰਦੇ ਆ। ਡਰਦੇ ਕਾਰਨ ਹੀ ਜਿਹੜਾ ਇੱਦਾਂ ਦਾ ਜਾਨਵਰ ਆ ਜਿਹੜਾ ਉਹ ਹਮਲਾ ਕਰਦਾ। ਅਤੇ ਮੇਰਾ ਤੁਹਾਨੂੰ ਇਹੀ ਸਲਾਹ ਹੈ ਕਿ ਤੁਸੀਂ ਜੇਕਰ ਇੱਦਾਂ ਦਾ ਜਾਨਵਰ ਆਉਂਦਾ ਤਾਂ ਹਮੇਸ਼ਾ ਉਹਦੇ ਤੋਂ ਪਾਸੇ ਰਹੋ, ਅਤੇ ਕਿਸੇ ਵੀ ਜਿਹੜਾ ਕੋਈ ਰੈਸਕਿਊਰ ਹੈਗਾ ਉਹਨੂੰ ਬੁਲਾ ਲਓ, ਜਾਂ ਤੁਸੀਂ ਖੁਦ ਵੀ ਜਿਹੜਾ ਹੈਗਾ ਉਹਨੂੰ ਖੁਦ ਹੈਂਡਲ ਕਰ ਸਕਦੇ ਹੋ, ਪਰ ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਜ਼ਿਆਦਾ ਵਰਤਣੀ ਪਏਗੀ। ਸ਼ਰਮਾ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ, ਜਦੋਂ ਇਸ ਤਰ੍ਹਾਂ ਦੇ ਜਾਨਵਰ ਸਾਡੇ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਾਂ ਇਨਸਾਨ ਇੱਕਦਮ
देखो जी जिहड़ा ये मौसम हुंदा गर्मियां दा जां बरसातां दा उहदे च इहनां रैप्टाइल्स ने जां इहदा रिंगण वाले जीव ने सप्प जां गोह वगैरह हैगी है मोनीटर लिज़र्ड हैगी है ये मैं दस्सिया वी रिहायशी इलाकिआं च आ जांदे आ तां उहदे च कोई भी जिहड़ा सप्प है जिहड़ा कोई भी किस्म आ सकदी है चाहे वह जहरीला भी हो सकदा ते बिना जहर वाला नहीं भी हो सकदा तां जिवें दस्सिया कि जिहड़े बहुते सप्प है वह बिना जहर वाले ने बस तुसीं पहचान करनी है कि वह सप्प किहड़ा जहर वाला है कि जिहड़ा बिना जहर वाला है क्योंकि ये भी जिहड़ा जानकारी आपां नूं आम ही मिल जाती है ये बारे गूगल से जानकारी लै सकते हैं असीं भी चार्ट ये बना के जिहड़ा हैगा वायरल करते हैं कि लोगों के वध तो वध जागरूकता आए तो मेन तो यही है भी जे तुहाडे घरां दे विच आ जांदा है तां तुसीं पैनिक नहीं होना तुसीं सीधा उन्हूं हैंडल नहीं करना जदों तक तुहानूं जानकारी नहीं हैगी तुसीं इह नहीं हैगा कि कोई यूट्यूब उत्ते जां किसी होर साधन ते सोशल मीडिया ते किसी जिवें रेस्क्यूअर नूं देखिया कि उहने सप्प नूं किवें काबू कीता तां तुसीं भी उवें फड़न की कोशिश कर ली उन्हें बिना जहर वाला फड़िया होगा तुसीं जहर वाले नूं हत्थ पा लिया तां तुहाडी जान जा सकती है। शर्मा जी जिवें आपां गल करदे हां कहिंदे बंदा किन्ना मर्जी परफेक्ट होवे कितना कितें परफेक्ट बंदा भी कहिंदे घाटा खा जांदा ते तुहाडे नाल कदे जिंदगी दे विच ਇੱਦਾਂ ਹੋਇਆ ਹੋਵੇ ਵੀ ਤੁਸੀਂ ਕੋਈ ਸਨੇਕ ਰੈਸਕਿਊ ਕੀਤਾ ਹੋਵੇ ਜਾਂ ਉਹਨੇ ਤੁਹਾਨੂੰ ਬਾਈਟ ਕੀਤਾ ਹੋਵੇ ਜਾਂ ਤੁਹਾਨੂੰ ਕੱਟਿਆ ਹੋਵੇ ਇਲਾਜ ਦੀ ਲੋੜ ਪੈ ਗਈ ਹੋਵੇ? ਬਿਲਕੁਲ ਜੀ, ਦੇਖੋ ਜੇ ਆਪਾਂ ਕੰਮ ਕਰਾਂਗੇ ਤਾਂ ਇੰਸੀਡੈਂਟ ਵੀ ਹੋਣਗੇ ਐਕਸੀਡੈਂਟ ਵੀ ਹੋਣਗੇ ਚਾਹੇ ਉਹ ਜੇ ਬਿਜਲੀ 'ਤੇ ਕੋਈ ਮਕੈਨਿਕ ਕੰਮ ਕਰਦਾ ਤਾਂ ਉਹਦੇ ਵੀ ਜ਼ਿੰਦਗੀ 'ਚ ਕਰੰਟ ਲੱਗੇਗਾ ਕੋਈ ਡਰਾਈਵਰ ਹੈਗਾ ਉਹਦਾ ਵੀ ਐਕਸੀਡੈਂਟ ਤਾਂ ਹੋਇਆ ਹੀ ਹੋਏਗਾ ਤਾਂ ਸੋ ਅਸੀਂ ਵੀ ਇਹ ਬੜਾ ਜੋਖਿਮ ਭਰਿਆ ਕੰਮ ਕਰਦੇ ਹਾਂ ਇੱਕ ਸੱਪ ਨੂੰ ਰੈਸਕਿਊ ਕਰਨਾ ਬੜਾ ਜਿਹੜਾ ਔਖਾ ਅਤੇ ਦਲੇਰੀ ਵਾਲਾ ਕੰਮ ਹੈ ਤਾਂ ਸਾਡੇ ਵੀ ਬਾਈਟ ਹੁੰਦੀ ਹੈ ਥੋੜ੍ਹਾ ਚਿਰ ਪਹਿਲਾਂ ਹੀ ਮੇਰੇ ਜਿਹੜਾ ਕੋਬਰਾ ਜਿਹੜਾ ਭਾਰਤ ਦਾ ਸਭ ਤੋਂ ਜ਼ਹਿਰੀਲੇ ਸੱਪਾਂ 'ਚ ਆਉਂਦਾ ਮੈਕਸੀਮਮ ਮੌਤਾਂ ਜਿਹੜੀਆਂ ਉਹ ਕੋਬਰਾ ਦੇ ਡਸਣ ਨਾਲ ਹੁੰਦੀਆਂ ਅਤੇ ਉਹਦਾ ਮੈਨੂੰ ਜਿਹੜਾ ਹੈਗਾ ਮੇਰੇ 'ਤੇ ਬਾਈਟ ਹੋ ਗਈ ਸੀ ਤਾਂ ਮੈਂ ਸਮਾਂ ਰਹਿੰਦੇ ਹਸਪਤਾਲ ਜਾ ਕੇ ਉਹਦਾ ਇਲਾਜ ਕਰਾਇਆ ਕਿਉਂਕਿ ਬਹੁਤ ਸਾਰੇ ਥਾਵਾਂ 'ਤੇ ਇਹ ਵਹਿਮ ਹੁੰਦਾ ਕਿ ਕਿਤੇ ਥੌਲਾ ਪਾ ਕੇ ਕੋਈ ਦੇਸੀ ਟੋਟਕੇ ਨਾਲ ਜਾਂ ਕੋਈ ਇੱਦਾਂ ਦੇ ਆਪਣੇ ਘਰਾਂ 'ਚ ਦੱਸ ਦਿੰਦੇ ਨੇ ਕਿ ਆਹ ਕਰ ਲਓ ਠੀਕ ਹੈ ਵੀ ਇੱਦਾਂ ਦੇਸੀ ਕੋਈ ਕਰ ਲਓ ਇਲਾਜ ਤਾਂ ਉਹਦੇ ਨਾਲ ਬਚ ਜਾਏਗੀ ਜਾਨ ਇਹ ਬਿਲਕੁਲ ਗਲਤ ਹੈ ਜੀ ਕਿਉਂਕਿ ਸੱਪ ਦਾ ਜ਼ਹਿਰ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਨਿਊਰੋਟੋਕਸਿਨ ਅਤੇ ਕਾਰਡੀਓਟੋਕਸਿਨ ਹੁੰਦਾ ਉਹ ਬ੍ਰੇਨ ਦੇ ਉੱਤੇ ਔਰ ਹਾਰਟ ਦੇ ਉੱਤੇ ਜਿਹੜਾ ਇਫੈਕਟ ਕਰਦਾ ਤੁਹਾਡੀਆਂ ਜਿਹੜੀਆਂ ਜਦੋਂ ਸੱਪ ਡੰਗ ਮਾਰੇਗਾ ਤੁਹਾਡੇ ਜਿਹੜਾ ਬਲੱਡ ਆ ਉਹਦੇ ਕਲੌਟ ਬਣਾ ਦੇਗਾ ਬਲੱਡ ਨੂੰ ਜਮਾ ਦੇਗਾ ਜੈਲੀ ਦੀ ਤਰ੍ਹਾਂ ਤਾਂ ਹਾਰਟ ਦੇ ਉੱਤੇ ਜਾ ਕੇ ਜਦੋਂ ਜੰਮ ਗਿਆ ਖੂਨ ਤਾਂ ਉਹਦੀ ਪੰਪਿੰਗ ਬੰਦ ਹੋ ਜਾਏਗੀ ਇਨਸਾਨ ਦੀ ਮੌਤ ਹੋ ਜਾਏਗੀ ਤਾਂ ਇਹਦੇ 'ਚ ਦੇਸੀ ਇਲਾਜ ਜਿਹੜਾ ਹੈਗਾ ਜਾਂ ਟੋਟਕੇ ਜਾਂ ਅਜਮਾਉਣਾ ਕਿਉਂਕਿ ਜਦੋਂ ਮੌਤ ਨੇੜੇ ਹੋਵੇ ਤਾਂ ਤਜਰਬੇ ਨਹੀਂ ਕਰੀਦੇ ਹੁੰਦੇ ਤਾਂ ਇੱਦਾਂ ਦੇ ਜਿਹੜੇ ਹੈਗੇ ਤਜਰਬੇ ਨਾਲੋਂ ਚੰਗਾ ਹੈ ਕਿ ਸਮਾਂ ਰਹਿੰਦੇ ਤੁਸੀਂ ਕਿਸੇ ਵਧੀਆ ਡਾਕਟਰ ਕੋਲ ਜਾਓ ਨਹੀਂ ਤਾਂ ਜਿਹੜਾ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦਾ ਜਿਹੜਾ ਮੁੱਖ ਸਰਕਾਰੀ ਹਸਪਤਾਲ ਹੁੰਦਾ ਉਹਦੇ ਵਿੱਚ ਐਂਟੀ ਸਨੇਕ ਵੈਨਮ ਜਿਹੜਾ ਸੱਪ ਦੇ ਕੱਟੇ ਦਾ ਜ਼ਹਿਰ ਦਾ ਟੀਕਾ ਹੈ ਉਹ ਐਂਟੀ ਸਨੇਕ ਵੈਨਮ ਕਿਹਾ ਜਾਂਦਾ ਉਹਨੂੰ ASV ਉਹ ਹਰ ਜਿਹੜਾ ਜ਼ਿਲ੍ਹੇ ਦਾ ਮੁੱਖ ਹਸਪਤਾਲ ਹੈ ਉਹਦੇ ਵਿੱਚ ਜਿਹੜਾ ਹੈਗਾ ਉਹ ਮੁਫਤ ਮਿਲਦਾ ਇਹਦਾ ਇਲਾਜ ਵੀ ਬਿਲਕੁਲ ਮੁਫਤ ਹੁੰਦਾ ਅਤੇ ਉੱਥੇ ਤੁਹਾਨੂੰ ਇਲਾਜ ਕਰਾਉਣਾ ਚਾਹੀਦਾ ਕਿਸੇ ਦੇ ਕਿਸਮ ਦੇ ਜਿਹੜਾ ਹੈਗਾ ਇਹ ਦੇਸੀ ਤਜਰਬੇ ਨਹੀਂ ਕਰਨੇ ਚਾਹੀਦੇ। ਸ਼ਰਮਾ ਜੀ ਮੈਂ ਤੁਹਾਨੂੰ ਸਵਾਲ ਪੁੱਛਣ ਹੀ ਲੱਗਿਆ ਸੀ, ਮੇਰੇ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਚੁੱਕੇ ਹੋ ਅਤੇ ਥੋੜ੍ਹਾ ਜਿਹਾ ਮੈਂ ਹੋਰ ਹੀ ਪੁੱਛ ਲੈਣਾ ਕਿ ਹੁੰਦਾ ਕਿ ਆਮ ਨਾ ਜਿਵੇਂ ਤੁਸੀਂ ਬਾਬਿਆਂ ਦੀ ਗੱਲ ਕੀਤੀ, ਮੈਂ ਤਾਂ ਬਾਬੇ ਹੀ ਕਹੂੰਗਾ, ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਹੁੰਦੇ ਆ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਮਣਕਾ ਹੈਗਾ, ਮਣਕਾ ਲਗਾਉਣ ਦੇ ਨਾਲ ਮਤਲਬ ਜ਼ਹਿਰ ਬਾਹਰ ਖਿੱਚ ਲਾਂਗੇ ਜਾਂ ਕੋਈ ਮਤਲਬ ਭਭੂਤੀ ਲਾਤੀ ਉੱਪਰ ਜਾਂ ਮਤਲਬ ਕਿਸੇ ਤਰ੍ਹਾਂ ਦੇ ਜਿਹੜੇ ਤੰਤਰ ਮੰਤਰ ਟੋਟ ਕੇ ਕਰਦੇ ਨੇ ਤਾਂ ਉਹ ਕਿੰਨੇ ਕੁ ਖਤਰਨਾਕ ਹੋ ਸਕਦੇ ਆ ਜਾਂ ਮਣਕੇ ਦੀ ਆਪਾਂ ਗੱਲ ਕਰੀਏ ਕਿ ਉਹ ਕਾਮਯਾਬ ਹੁੰਦੇ ਨੇ? ਦੇਖੋ ਜੀ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਇੱਦਾਂ ਦਾ ਕਾਮਯਾਬ ਨਹੀਂ ਹੈਗਾ, ਪਹਿਲਾਂ ਕੋਈ ਵੈਦ ਹੁੰਦੇ ਸੀ ਬੜੇ ਜੜੀ ਬੂਟੀਆਂ ਦੇ ਪਾਰਖੂ ਹੁੰਦੇ ਸੀ ਤਾਂ ਅੱਜ ਦੇ 'ਚ ਕੋਈ ਹੋ ਸਕਦਾ ਪਾਰਖੂ ਕਿਉਂਕਿ ਨਹੀਂ ਕੋਈ ਇੱਦਾਂ ਦਾ ਨਹੀਂ ਮਿਲਿਆ, ਪਰ ਜੇ ਤੁਸੀਂ ਮਣਕੇ ਦੀ ਗੱਲ ਕਰੋ ਤਾਂ ਮੈਂ ਉੱਥੇ ਪ੍ਰੈਕਟੀਕਲ ਦੱਸਣਾ ਚਾਹਾਂਗਾ ਇਹ ਕਿਉਂਕਿ ਕਈ ਲੋਕ ਤੁਹਾਨੂੰ ਇਸ ਗੱਲ 'ਤੇ ਵੀ ਕਿੰਤੂ ਪਰੰਤੂ ਕਰਨਗੇ ਕਿ ਜੀ ਮਣਕਾ ਹੁੰਦਾ ਅਤੇ ਸਾਡੇ ਗਵਾਂਢ 'ਚ ਕਿਸੇ ਬੰਦੇ ਦੇ ਸੱਪ ਲੜ ਗਿਆ ਸੀ ਜੀ ਉਹਨੇ ਲਾਇਆ ਅਤੇ ਸਾਡਾ ਬੰਦਾ ਠੀਕ ਹੋ ਗਿਆ, ਪਹਿਲਾਂ ਤਾਂ ਇਹ ਪੁੱਛੋ ਵੀ ਜਿਹਦਾ ਜਿਹੜਾ ਠੀਕ ਹੋ ਗਿਆ ਸੀ ਕੀ ਉਹ ਕੋਬਰਾ ਸੱਪ ਨੇ ਡੱਸਿਆ ਸੀ, ਉਹ ਰਸਲ ਵਾਈਪਰ ਨੇ ਡੱਸਿਆ ਸੀ ਕਿ ਸਿਰਫ ਸੱਪ ਨੇ ਡੱਸਿਆ ਸੀ? ਹੁਣ ਮੰਨ ਲਓ ਕਿ ਮੇਰੇ ਇੱਕ ਸੱਪ ਲੜ ਗਿਆ, ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਸੱਪ ਕਿਹੜਾ ਹੈ, ਮੈਨੂੰ ਵੀ ਨਹੀਂ ਪਤਾ ਸੀ ਵੀ ਉਹ ਸੱਪ ਕਿਹੜਾ, ਮੇਰੇ ਲਈ ਇੱਕ ਸੱਪ ਸੀ, ਇੱਕ 5 ਫੁੱਟ ਦਾ ਸੱਪ ਮੇਰੇ ਲੜ ਗਿਆ, ਮੈਂ ਆਪਦੇ ਆਪ ਨੂੰ ਜਿਹੜਾ ਹੈਗਾ ਡਾਊਨ ਕਰ ਲਿਆ, ਮੇਰਾ BP ਡਾਊਨ ਹੋ ਗਿਆ, ਮੈਂ ਗੁੰਮਸੁੰਮ ਹੋ ਗਿਆ ਕਿ ਮੇਰੇ ਤਾਂ ਸੱਪ ਲੜ ਗਿਆ, ਬੇਸਿਕਲੀ ਮੈਨੂੰ ਪਤਾ ਨਹੀਂ ਸੀ ਸੱਪ ਕਿਹੜਾ ਹੈਗਾ, ਮੈਂ ਤਾਂ ਸਿਰਫ ਜ਼ਹਿਰ ਦੇਖ ਲਿਆ ਕਿ ਮੇਰੇ ਮੈਂ ਡਰ ਗਿਆ ਕਿ ਮੈਂ ਤਾਂ ਸੱਪ ਦਾ ਆਕਾਰ ਦੇਖ ਕੇ ਡਰ ਗਿਆ, ਜ਼ਹਿਰ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਹੈਗਾ, ਚਲੋ ਮੈਨੂੰ ਨੇੜੇ ਦੇ ਕਿਸੇ ਵੈਦ ਕੋਲ ਲੈ ਗਏ, ਬਾਬੇ ਕੋਲ ਲੈ ਗਏ, ਯੋਗੀ ਕੋਲ ਲੈ ਗਏ, ਉਹਨੇ ਕਹਿੰਦਾ ਜੀ ਮਣਕਾ ਲਾਤਾ, ਮੈਂ ਜ਼ਹਿਰ ਚੂਸ ਲਿਆ, ਹੁਣ ਉਹ ਸੱਪ ਬਿਨਾਂ ਜ਼ਹਿਰ ਵਾਲਾ ਸੀ, ਮੈਂ ਠੀਕ ਵੈਸੇ ਹੀ ਹੋਣ ਜਾਣਾ ਸੀ ਜੇ ਮੈਨੂੰ ਥੋੜ੍ਹੀ ਤਸੱਲੀ ਦਿੱਤੀ ਹੁੰਦੀ, ਤਾਂ ਉਹਨੂੰ ਕਹਿੰਦੇ ਜੀ ਤੇਰੇ ਮਣਕਾ ਲਾਤਾ ਤੂੰ ਠੀਕ ਹੈ, ਉਹ ਤਾਂ ਬਿਨਾਂ ਜ਼ਹਿਰ ਵਾਲਾ ਸੀ ਵੈਸੇ ਹੀ ਠੀਕ ਸੀ, ਜਾਂ ਇਹ ਕਹਿ ਲਾ ਵੀ ਜੇ ਮੇਰੇ ਜ਼ਹਿਰ ਵਾਲਾ ਹੁੰਦਾ ਤਾਂ ਉਹ ਐਡਾ ਕੁ ਮਣਕਾ ਜਿਹੜਾ ਮੇਰੇ ਨਹੁੰ ਜਿੱਡਾ ਅੰਗੂਠੇ ਦੇ ਜਿੱਡਾ ਮਣਕਾ ਹੈ ਤਾਂ ਮੇਰੇ ਜਦੋਂ ਕੋਬਰੇ ਸੱਪ ਦਾ ਖਤਰਨਾਕ ਜ਼ਹਿਰ ਹੈ ਮੇਰੀ ਬੋਡੀ ਦੇ ਵਿੱਚ ਫੈਲ ਗਿਆ ਤਾਂ ਮੈਨੂੰ ਦੱਸੋ ਵੀ ਉਹ ਐਡਾ ਕੁ ਮਣਕਾ ਜਿਹੜਾ ਹੈਗਾ ਉਹ ਜ਼ਹਿਰ ਨੂੰ ਕਿਵੇਂ ਚੂਸ ਲੂਗਾ,
ਉਹ ਖੂਨ ਦੇ ਵਿੱਚ ਮਿਕਸ ਹੋਏ ਜ਼ਹਿਰ ਨੂੰ ਐਡਾ ਮਣਕਾ ਸਾਰੇ ਨੂੰ ਕਿਵੇਂ ਖਿੱਚ ਲੂਗਾ? ਇਹ ਸਿਰਫ ਅਸੀਂ ਵਹਿਮ ਪਾਲੇ ਹੋਏ ਆ। ਇਹ ਵਹਿਮ ਦੇ ਕਰਕੇ ਹੀ ਜਿਹੜੀਆਂ ਮੈਕਸੀਮਮ ਮੌਤਾਂ ਹੁੰਦੀਆਂ, ਕਿਸੇ ਥੌਲੇ ਨਾਲ, ਕਿਸੇ ਮੰਤਰ ਪੜ੍ਹਨ ਨਾਲ, ਕਿਸੇ ਟੂਣੇ ਟੋਟਕੇ ਨਾਲ, ਇਹ ਬਿਲਕੁਲ ਠੀਕ ਨਹੀਂ ਹੁੰਦੇ। ਹੁਣ ਜੇ ਮੰਨ ਲਓ ਮੈਨੂੰ ਬੁਖਾਰ ਹੈਗਾ ਤਾਂ ਮੈਂ ਕਹਿੰਦਾ ਵੀ ਮੈਂ ਉੱਥੋਂ ਜਿਹੜਾ ਹੈਗਾ ਮੰਤਰ ਪੜ੍ਹ ਲਿਆ ਜਾਂ ਕਿਸੇ ਜੋਗੀ ਨੇ ਮੇਰੇ 'ਤੇ ਫੂਕ ਮਾਰਤੀ ਤਾਂ ਮੇਰਾ ਬੁਖਾਰ ਕਿਵੇਂ ਉੱਤਰ ਜੂਗਾ? ਉਹ ਇੱਕ ਵਾਇਰਲ ਇਨਫੈਕਸ਼ਨ ਹੈ ਤਾਂ ਉਹ ਇੱਕ ਉਹਦੀ ਜਿਹੜਾ ਵਾਇਰਲ ਦਾ ਟ੍ਰੀਟਮੈਂਟ ਹੋਊਗਾ ਉਹਦੀ ਮੈਡੀਸਨ ਲੱਗੂਗੀ ਤਾਂ ਹੀ ਠੀਕ ਹੋਊਗਾ। ਤਾਂ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ ਲੋਕਾਂ ਦੀਆਂ ਜਿਹੜੀਆਂ ਨਾ ਮਨਘੜਤ ਅਫਵਾਹਾਂ ਬਣਾਈਆਂ ਹੋਈਆਂ। ਸੋ ਸ਼ਰਮਾ ਜੀ, ਆਪਾਂ ਇਲਾਜ ਦੇ ਨਾਲ ਨਾਲ ਗੱਲ ਕਰ ਰਹੇ ਹਾਂ, ਜਿਵੇਂ ਕਿ ਕੋਈ ਸੱਪ ਕਿਸੇ ਨੂੰ ਬਾਈਟ ਕਰ ਲੈਂਦਾ, ਮਤਲਬ ਸੱਪ ਨੇ ਕੱਟ ਲਿਆ, ਤਾਂ ਸਭ ਤੋਂ ਜਿਹੜੀ ਪਹਿਲਾਂ ਫਸਟ ਏਡ ਹੁੰਦੀ ਆ, ਮਤਲਬ ਮੁੱਢਲੀ ਸਹਾਇਤਾ ਜਿਹੜੀ ਹੁੰਦੀ ਆ, ਉਹ ਕੀ ਦੇ ਸਕਦੇ ਹਾਂ ਆਪਾਂ, ਉਹਨੂੰ ਕਿਵੇਂ ਬਚਾਅ ਹੋ ਸਕਦਾ? ਹਾਂਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਫਸਟ ਏਡ ਬਾਰੇ ਨਹੀਂ ਕੋਈ ਵੀ ਦੱਸਦਾ, ਕਿਉਂਕਿ ਮੈਂ ਜੇ ਫਸਟ ਏਡ ਕਿਸੇ ਵੀ ਚੀਜ਼ 'ਚ ਮਿਲੀ ਹੋਵੇ ਤਾਂ ਇਨਸਾਨ ਦੀ ਜਾਨ ਬਚਦੀ ਹੈ। ਚਾਹੇ ਐਕਸੀਡੈਂਟ, ਰੋਡ ਐਕਸੀਡੈਂਟ 'ਚ ਵੀ ਫਸਟ ਏਡ ਜ਼ਰੂਰੀ ਹੈ, ਇੱਦਾਂ ਦੀ ਕੋਈ ਜਿਹੜਾ ਸਨੇਕ ਬਾਈਟ ਹੈ ਉਹਦੇ 'ਚ ਵੀ ਫਸਟ ਏਡ ਜ਼ਰੂਰੀ ਹੈ। ਅਸੀਂ ਇਸੇ ਕਰਕੇ ਕਹਿੰਦੇ ਹਾਂ ਵੀ ਰੈੱਡ ਕਰੋਸ ਹੈ ਜਿਹੜਾ ਉਹ ਮੁਫਤ ਫਸਟ ਏਡ ਦੀ ਟ੍ਰੇਨਿੰਗ ਦਿੰਦਾ, ਤਾਂ ਹਰ ਬੰਦੇ ਨੂੰ ਉਹਦੀ ਫਸਟ ਏਡ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਕਿਸੇ ਦੀ ਜਾਨ ਬਚਾਉਣ ਦੇ ਲਈ। ਤਾਂ ਸਨੇਕ ਬਾਈਟ ਦੇ ਵਿੱਚ ਵੀ ਇਹੀ ਹੁੰਦਾ ਕਿ ਪਹਿਲਾਂ ਤੁਹਾਨੂੰ ਇਹਦੀ ਫਸਟ ਏਡ ਜ਼ਰੂਰੀ ਹੈ। ਫਸਟ ਏਡ ਇਹ ਹੈ ਜੀ, ਦੇਖੋ ਸੱਪ ਹੈ ਜਿਹੜਾ ਉਹ ਜਾਂ ਤਾਂ ਹੱਥ 'ਤੇ ਲੜੇਗਾ ਜਾਂ ਪੈਰ 'ਤੇ ਲੜੇਗਾ। ਜ਼ਿਆਦਾਤਰ ਜਿਹੜਾ 99% ਕੇਸਾਂ ਦੇ ਵਿੱਚ ਸੱਪ ਹੋਰ ਕਿਤੇ ਵੀ ਡੰਗ ਨਹੀਂ ਮਾਰਦਾ, ਕਿਉਂਕਿ ਜਾਂ ਤਾਂ ਇਨਸਾਨ ਦਾ ਹੱਥ ਕੰਮ ਕਰ ਰਿਹਾ ਹੁੰਦਾ ਨੇੜੇ ਜਾਂ ਪੈਰ ਜਾ ਕੇ ਕੰਮ ਕਰੂਗਾ, ਉੱਥੇ ਹੀ ਸੱਪ ਜਿਹੜਾ ਹੈਗਾ ਵਾਈਟ ਕਰੂਗਾ। ਜੇਕਰ ਤੁਹਾਨੂੰ ਨਹੀਂ ਪਤਾ ਕਿ ਸੱਪ ਕਿਹੜਾ ਸੀ, ਵੈਸੇ ਤਾਂ ਇਹ ਹੈ ਵੀ ਤੁਸੀਂ ਕੋਸ਼ਿਸ਼ ਕਰੋ ਕਿ ਉਹਦੀ ਫੋਟੋ ਖਿੱਚ ਲਓ, ਕਿਉਂਕਿ ਜੇ ਡਾਕਟਰ ਕੋਲ ਜਾਓਗੇ ਤਾਂ ਉਹਨੂੰ ਦਿਖਾਇਆ ਜਾਵੇ ਕਿ ਆਹ ਕਿਸਮ ਦਾ ਸੱਪ ਸੀ, ਜਾਂ ਕੋਈ ਜੇ ਸਾਡੇ ਵਰਗੇ ਕੋਈ ਰੈਸਕਿਊ ਰਹਿ ਗਿਆ ਉਹਨੂੰ ਫੋਟੋ ਭੇਜ ਦਿਓ, ਅਸੀਂ ਦੱਸ ਸਕਦੇ ਵੀ ਇਹ ਜਿਹੜਾ ਸੱਪ ਹੈ ਬਿਨਾਂ ਜ਼ਹਿਰ ਵਾਲਾ ਸੀ ਜਾਂ ਇਹ ਜ਼ਹਿਰ ਵਾਲਾ ਸੀ ਜਾਂ ਇਹ ਤੁਹਾਡੀ ਜਾਨ ਲਈ ਖਤਰਾ, ਇਹਦੇ ਲਈ ਕੀ ਕੀਤਾ ਜਾਵੇ। ਤਾਂ ਮੈਂ ਫਸਟ ਏਡ ਦੀ ਗੱਲ ਦੱਸਦਾ ਵੀ ਜੇ ਹੱਥ 'ਤੇ ਜਿਹੜਾ ਸੱਪ ਲੜਿਆ ਤਾਂ ਤੁਸੀਂ ਜਿਹੜਾ ਛੱਡ ਕੇ ਹੱਥ ਤੋਂ ਉੱਪਰ ਜਿਹੜਾ ਜਾਂ ਮੋਢੇ ਤੋਂ ਬੰਨ ਲਓ ਜਾਂ ਜਿਹੜੀ ਹੈਗੀ ਆ ਕੂਹਣੀ ਕੋਲੋਂ ਬੰਨ ਲਓ। ਬੰਨਣਾ ਵੀ ਜਿਹੜਾ ਹੈਗਾ ਇੱਕ ਉਹਦਾ ਵੀ ਇੱਕ ਤਰੀਕਾ ਹੈ ਬੰਨਣ ਦਾ। ਕੁਛ ਲੋਕ ਫੀਤਾ ਲੈਂਦੇ ਆ ਬੂਟ ਦਾ ਅਤੇ ਉਹ ਜਾਂ ਤਾਰ ਲੈ ਲਈ ਉਹਨੂੰ ਇੱਥੋਂ ਬੰਨਤਾ, ਮੋਢੇ ਤੋਂ ਬੰਨਤਾ, ਪੂਰਾ ਕੱਸ ਕੇ ਬੰਨਤਾ, ਤਾਂ ਉਹ ਜਿਹੜਾ ਹੈਗਾ ਜ਼ਿਆਦਾ ਖਤਰਨਾਕ ਹੈ। ਫਸਟ ਏਡ ਨਹੀਂ ਹੈਗੀ ਉਹ ਤੁਸੀਂ ਨੁਕਸਾਨ ਕਰ ਰਹੇ ਹੋ। ਉਹਦਾ ਕਾਰਨ ਹੈ ਕਿ ਖੂਨ ਨੂੰ ਅਸੀਂ ਹੌਲੀ ਕਰਨਾ, ਖੂਨ ਨੂੰ ਅਸੀਂ ਬੰਦ ਨਹੀਂ ਕਰਨਾ। ਇਹ ਕਦੇ ਵੀ ਜਿਹੜਾ ਹੈਗਾ ਡਾਕਟਰਸ ਨਹੀਂ ਤੁਹਾਨੂੰ ਕਹਿਣਗੇ ਜਾਂ ਤੁਹਾਨੂੰ ਕੋਈ ਰੈਸਕਿਊਰ ਨਹੀਂ ਕਹੂਗਾ ਕਿ ਇਹਨੂੰ ਟਾਈਟ ਬੰਨ ਲਓ। ਤੁਸੀਂ ਜੇਕਰ ਖੂਨ ਰੋਕ ਦਿੱਤਾ ਤਾਂ ਨਸਾਂ ਦਾ ਖੂਨ ਰੁਕ ਜਾਏਗਾ, ਇਹਨੂੰ ਗੈਂਗਰੀਨ ਹੋ ਜਾਏਗੀ, ਤੁਹਾਡਾ ਅੰਗ ਵੱਢਣਾ ਪੈ ਸਕਦਾ। ਤੁਸੀਂ ਖੂਨ ਸਲੋ ਕਰਨਾ, ਇੱਕ 4 ਇੰਚੀ ਕੋਈ ਪੱਟੀ ਲੈ ਲਓ, ਕੋਈ ਪਰਨਾ ਲੈ ਲਓ, ਕੋਈ ਪੱਗ ਪਾੜ ਲਓ, ਕੋਈ ਚੁੰਨੀ ਪਾੜ ਲਓ, ਤਾਂ ਤੁਸੀਂ 4 ਇੰਚੀ ਲੈ ਕੇ ਉਹਨੂੰ ਜਿਹੜਾ ਹੈਗਾ ਉਹ ਹੱਥ 'ਤੇ ਲਪੇਟ ਲੈਣਾ, ਇੱਥੇ ਬੰਨ ਲਓ, ਇੱਥੇ ਬੰਨ ਲਓ, ਅਤੇ ਇੱਕ ਪਰਨਾ ਲੈ ਕੇ ਪੂਰੀ ਬਾਂਹ ਮੋਢੇ ਤੱਕ ਜਿਹੜਾ ਹੈਗਾ ਉਹਨੂੰ ਇਹਦੇ ਉੱਤੇ ਬੰਨਦੇ ਤੁਰੇ ਜਾਓ, ਅਤੇ ਬਾਂਹ ਜਿਹੜੀ ਸਿੱਧੀ ਰੱਖਣੀ ਹੈ, ਸਿਰ ਤੋਂ ਉੱਪਰ ਨਹੀਂ ਲੈ ਕੇ ਜਾਣੀ, ਨੀਚੇ ਰੱਖਣਾ ਹੈਗਾ ਆਪਦਾ ਅੰਗ, ਅਤੇ ਉਹਨੂੰ ਜਿਹੜਾ ਹੈਗਾ ਬੰਦੇ ਨੂੰ ਜਿਹੜਾ ਜਿਹਦੇ ਸੱਪ ਲੜਿਆ ਉਹਨੂੰ ਹੌਂਸਲਾ ਦੇਣਾ। ਉਹਦੇ ਕੋਲ ਨੈਗੇਟਿਵ ਗੱਲ ਨਹੀਂ ਕਰਨੀ ਕਿ ਯਾਰ ਇਹ ਸੱਪ ਲੜ ਗਿਆ ਪਤਾ ਨਹੀਂ ਤੂੰ ਬਚੇਗਾ ਕਿ ਨਹੀਂ ਬਚੇਗਾ, ਜਾਂ ਸਾਡੇ ਗਵਾਂਢੀ ਦੇ ਸੱਪ ਲੜ ਗਿਆ ਸੀ ਅੱਧੇ ਘੰਟੇ 'ਚ ਮਰ ਗਿਆ ਸੀ। ਉਹ ਬੰਦੇ ਦਾ ਤੁਸੀਂ ਜਿਹੜਾ ਹੈਗਾ ਉਹ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਨਹੀਂ ਡਾਊਨ ਕਰਨਾ, ਉਹਦੀ ਇਮਿਊਨਿਟੀ ਨਹੀਂ ਡਾਊਨ ਕਰਨੀ, ਉਹਦੀ ਜਿਹੜੀ ਪਾਵਰ ਬਿੱਲ ਪਾਵਰ ਆ ਉਹ ਨਹੀਂ ਤੁਸੀਂ ਖਤਮ ਕਰਨੀ। ਉਹਨੂੰ ਹੌਂਸਲਾ ਦਿਓ ਵੀ ਤੈਨੂੰ ਕੁਛ ਨਹੀਂ ਹੁੰਦਾ। ਬਹੁਤ ਲੋਕ ਬਚ ਜਾਂਦੇ ਆ, ਕੀ ਪਤਾ ਜੇ ਬਿਨਾਂ ਜ਼ਹਿਰ ਵਾਲਾ ਹੋਵੇ, ਤਾਂ ਉਹ ਬੰਦੇ ਨੂੰ ਥੋੜ੍ਹਾ ਹੌਂਸਲਾ ਰਹੇਗਾ ਕਿ ਮੈਨੂੰ ਇਲਾਜ ਹੋਏਗਾ, ਬਚ ਜਾਏਗਾ। ਤਾਂ ਉਹਨੂੰ ਭੱਜਣ ਨਹੀਂ ਦੇਣਾ, ਉਹਨੂੰ ਤੁਰਨ ਨਹੀਂ ਦੇਣਾ, ਅਤੇ ਉਹਨੂੰ ਸੌਣ ਨਹੀਂ ਦੇਣਾ। ਸਭ ਤੋਂ ਵੱਡੀ ਗੱਲ ਹੈ ਕਿ ਉਹਨੂੰ ਸੌਣ ਵੀ ਨਹੀਂ ਦੇਣਾ, ਉਹਨੂੰ ਕਿਸੇ ਸਾਧਨ ਰਾਹੀਂ, ਕਾਰ ਰਾਹੀਂ, ਚਾਹੇ ਕਿਸੇ 2-ਵੀਲਰ ਰਾਹੀਂ, ਅਤੇ ਉਹਨੂੰ ਜਿਹੜਾ ਹੈਗਾ ਨੇੜੇ ਦੇ ਜਿਹੜਾ ਸਿਵਲ ਹਸਪਤਾਲ ਹੈ, ਜ਼ਿਲ੍ਹੇ ਦਾ ਮੁੱਖ, ਕੋਈ ਮੰਡੀ ਦਾ ਜਾਂ ਛੋਟੇ ਟਾਊਨ ਦੇ ਹਸਪਤਾਲ ਨਹੀਂ ਜਾਣਾ, ਤੁਸੀਂ ਜ਼ਿਲ੍ਹੇ ਦੇ ਮੁੱਖ ਹਸਪਤਾਲ ਜਾਣਾ ਜਿਹੜਾ ਤੁਹਾਡਾ ਜ਼ਿਲ੍ਹਾ ਹੈ। ਜੇਕਰ ਤੁਹਾਨੂੰ ਦੂਰ ਪੈਂਦਾ ਨਹੀਂ ਜਾ ਸਕਦੇ, ਫਿਰ ਕਿਸੇ ਵੀ MD ਮੈਡੀਸਨ ਡਾਕਟਰ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਇਲਾਜ ਕਰਦਾ ਹੋਵੇ, ਮਾਸਟਰ ਹੋਵੇ, ਅਤੇ ਉਹਦੇ ਕੋਲ ਤੁਸੀਂ ਲੈ ਜਾਣਾ, ਅਤੇ ਉੱਥੇ ਜਾ ਕੇ ਜਿਹੜਾ ਹੈਗਾ ਤੁਸੀਂ ਉਹਦਾ ਇਲਾਜ ਕਰਵਾਉਣਾ। ਤੋ ਸ਼ਰਮਾ ਜੀ, ਆਮ ਤੌਰ 'ਤੇ ਨਾ ਇੱਕ ਮਤਲਬ ਪਿੰਡਾਂ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਕੋਈ ਕਿਸੇ ਨੂੰ ਸੱਪ ਬਾਈਟ ਕਰ ਲੈਂਦਾ ਤਾਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਇਨਸਾਨ ਬਹੁਤ ਜ਼ਿਆਦਾ ਘਬਰਾ ਜਾਂਦਾ ਜਾਂ ਕੋਈ ਨੈਗੇਟਿਵ ਗੱਲਾਂ ਕਰਨ ਲੱਗ ਜਾਂਦੇ ਲੋਕ, ਉਹਦੇ ਕੋਲ ਤਾਂ ਫਿਰ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਵਿਗੜ ਜਾਂਦਾ ਕਿ ਇੱਕ ਮਾਨਸਿਕ ਰੂਪ 'ਚ ਇਹ ਚਲਾ ਜਾਂਦਾ ਕਿ ਮੈਂ ਹੁਣ ਖਾਣੀ ਬਚੂੰ ਜਾਂ ਨਾ ਬਚੂੰਗਾ। ਤੋ ਇਹ ਤਾਂ ਮਤਲਬ ਇੱਕ ਗੱਲ ਹੋ ਗਈ ਸਾਈਡ 'ਤੇ, ਹੋਰ ਕਿਹੜੇ ਕੋਈ ਤਰੀਕੇ ਹੈਗੇ ਆ ਵੀ ਜਿਹਨਾਂ ਨਾਲ ਇਹ ਚੀਜ਼ ਨੂੰ ਮਤਲਬ ਰੋਕਿਆ ਜਾ ਸਕਦਾ, ਜਾਨ ਬਚਾਈ ਜਾ ਸਕਦੀ ਹੈ, ਕਿ ਹੋਰ ਵੀ ਕੋਈ ਘਰ ਦੇ ਵਿੱਚ ਜਿਵੇਂ ਆਮ ਤੌਰ 'ਤੇ ਕਹਿੰਦੇ ਹੁੰਦੇ ਆ ਕਿ ਕੱਟ ਲਾ ਲਓ ਬਲੇਡ ਦੇ ਨਾਲ ਤਾਂ ਇੱਦਾਂ ਕਰਕੇ ਮਤਲਬ ਉਹ ਟੁੱਟ ਕੇ ਕੰਮ ਆਉਂਦੇ? ਨਹੀਂ ਜੀ, ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਮੌਤ ਦਾ ਡਰ ਹੋਵੇ ਨਾ ਉਦੋਂ ਤਜਰਬੇ ਨਹੀਂ ਕਰੀਦੇ ਹੁੰਦੇ। ਕਿਸੇ ਵੀ ਕਿਸਮ ਦਾ ਕੋਈ ਕੱਟ ਲਾਉਣਾ ਵੀ ਜਿਹੜਾ ਹੈਗਾ ਜਾਂ ਪੱਛ ਲਾਉਣਾ ਕਹਿ ਦਿੰਦੇ ਆ, ਉਹ ਬੜੀ ਮੈਂ ਹਾਸੋਹੀਣੀ ਗੱਲ ਕਹੂੰਗਾ ਜਾਂ ਬੇਵਕੂਫੀ ਵਾਲੀ ਗੱਲ ਕਹੂੰਗਾ। ਹੁਣ ਮੇਰੇ ਸੱਪ ਲੜਿਆ ਤਾਂ ਕਿਸੇ ਨੇ ਕਹਿ ਤਾ ਕੱਟ ਲਾ ਲਾ, ਉਹਨੇ ਇੱਥੇ ਕੱਟ ਲਾਤਾ, ਇਹ ਮੇਰੀ ਨਸਾਂ ਮੇਰੀ
ਆਰਟਰੀ ਪੰਕਚਰ ਕਰ ਦਿਓਗੇ, ਬਲੱਡ ਜ਼ਿਆਦਾ ਨਿਕਲ ਜੂਗਾ, ਮੈਂ ਬਚਣਾ ਸੀਗਾ ਕਿਉਂਕਿ ਮੇਰੇ ਬਿਨਾਂ ਜ਼ਹਿਰ ਵਾਲਾ, ਪਰ ਤੁਹਾਡੇ ਕਿਸੇ ਨੇ ਸਲਾਹ ਦਿੱਤੀ ਕਿ ਇਹਨੂੰ ਕੱਟ ਲਾ ਦਿਓ ਜੀ, ਕੱਟ ਲਾਉਣ ਨਾਲ ਮੇਰਾ ਖੂਨ ਨਿਕਲ ਗਿਆ, ਮੇਰਾ ਜਿਹੜਾ BP ਘੱਟ ਗਿਆ ਅਤੇ ਮੇਰੀ ਮੌਤ ਹੋ ਜਾਣੀ ਹੈ। ਦੂਜੀ ਗੱਲ ਕਿ ਉਹ ਜੇ ਜ਼ਹਿਰ ਵਾਲਾ ਵੀ ਲੜਿਆ ਨਾ ਤਾਂ ਉਹਨੇ ਨਸਾਂ ਦੇ ਵਿੱਚ ਆਹ ਸਾਰੇ ਸਰੀਰ ਦੇ ਵਿੱਚ ਤੁਹਾਡੇ ਪੂਰੀ ਬੋਡੀ ਦੇ ਵਿੱਚ ਵੇਨਸ ਹੈਗੀਆਂ, ਜਿਹੜੀਆਂ ਵੱਡੀਆਂ ਨਸਾਂ ਨੇ ਉਹ ਅਲੱਗ ਹੁੰਦੀਆਂ, ਛੋਟੀਆਂ ਵੇਨਸ ਅਲੱਗ ਹੁੰਦੀਆਂ, ਆਰਟਰੀ ਅਲੱਗ ਹੁੰਦੀ ਹੈ, ਇਹਦੇ ਵਿੱਚ ਤੁਹਾਡੇ ਜ਼ਹਿਰ ਨੇ ਫੈਲ ਕੇ ਜਿਹੜਾ ਦਹੀਂ ਵਾਂਗੂ ਜਾਂ ਜੈਲੀ ਵਾਂਗੂ ਜੰਮ ਜਾਣਾ ਖੂਨ, ਅਤੇ ਜੇ ਕੱਟ ਲਾਈ ਚੱਲੋਗੇ ਤਾਂ ਖੂਨ ਉੱਪਰ ਜਾਊਗਾ, ਜ਼ਹਿਰ ਤਾਂ ਆਲਰੇਡੀ ਉੱਪਰ ਜਾ ਕੇ ਤੁਹਾਡੇ ਹਾਰਟ 'ਤੇ ਪਹੁੰਚ ਰਿਹਾ ਹੈਗਾ, ਹਾਰਟ ਦੀ ਪੰਪਿੰਗ ਬੰਦ ਹੋ ਜਾਣੀ, ਆਕਸੀਜਨ ਮਿਲਣੋਂ ਬੰਦ ਹੋ ਜਾਣੀ ਆ, ਇਨਸਾਨ ਨੇ ਮਰ ਜਾਣਾ। ਉਹਦੇ ਲਈ ਤਾਂ ਜਿਹੜਾ ਡਾਕਟਰੀ ਇਲਾਜ ਹੀ ਕੰਮ ਕਰੂਗਾ ਕਿ ਉਹਦਾ ਖੂਨ, ਉਹਦੇ ਐਂਟੀਸਨਿਕ ਵੈਨਮ ਲੱਗਣਗੇ, ਜਿਹੜੇ ਜੰਮੇ ਹੋਏ ਕਲੌਟ ਹੈ ਉਹ ਪਿਘਲਣੇ ਸ਼ੁਰੂ ਹੋਣਗੇ, ਠੀਕ ਹੈ, ਉਹਦੇ ICU ਦੇ ਵਿੱਚ ਉਹਨੂੰ ਆਕਸੀਜਨ ਦਿੱਤੀ ਜਾਊ, ਉਹਦਾ BP ਚੈੱਕ ਕੀਤਾ ਜਾਊਗਾ, ਉਹਦਾ ਪਲਸ ਚੈੱਕ ਕੀਤੀ ਜਾਊਗੀ, ਫਿਰ ਉਹਨੂੰ ਉਸ ਹਿਸਾਬ ਨਾਲ ਜਿਹੜੀ ਹੈਗਾ ਟ੍ਰੀਟਮੈਂਟ ਹੋਊਗਾ। ਹੁਣ ਕੱਟ ਲਾ ਕੇ ਪੱਛ ਲਾ ਕੇ ਕੋਈ ਕੋਲੋਂ ਦਵਾਈਆਂ ਭਰਨ ਨਾਲ ਥੋੜ੍ਹੀ ਖੂਨ ਜਿਹੜਾ ਹੈਗਾ ਉਹ ਜਿਹੜਾ ਜੰਮਿਆ ਹੋਇਆ ਖੂਨ ਹੈ ਉਹ ਚੱਲ ਪਊਗਾ। ਤੋ ਸ਼ਰਮਾ ਸਾਹਿਬ, ਹੁਣ ਤੁਹਾਡੇ ਤੋਂ ਅਸੀਂ ਆਗਿਆ ਚਾਹਾਂਗੇ ਅਤੇ ਲਾਸਟ ਦੇ ਵਿੱਚ ਜਿਹੜੇ ਲੋਕ ਸਾਨੂੰ ਇਸ ਟਾਈਮ ਦੇਖ ਰਹੇ ਆ, ਕੀ ਸੁਨੇਹਾ ਜਾਂਦਾ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਗਗਨ ਜੀ, ਮੈਂ ਸੁਨੇਹਾ ਹੀ ਦਿਊਂਗਾ ਕਿ ਸਾਡਾ ਮਕਸਦ ਹੈਗਾ ਜੀਓ ਔਰ ਜੀਨੇ ਦੋ। ਇਹ ਧਰਤੀ ਇਕੱਲੀ ਇਨਸਾਨ ਲਈ ਨਹੀਂ ਹੈ, ਇਹ ਧਰਤੀ ਹਰ ਜਾਨਵਰ ਲਈ ਹੈ, ਹਰ ਜਿਹੜਾ ਇੱਥੇ ਜੀਵ ਜੰਤੂ ਬਨਸਪਤੀ ਆਈ ਹੈ ਤਾਂ ਉਹ ਪਰਮਾਤਮਾ ਨੇ ਹਰ ਇੱਕ ਨੂੰ ਉਹ ਧਰਤੀ ਜਿਹੜੀ ਹੈਗੀ ਆ ਉਹ ਰਹਿਣ ਵਾਸਤੇ ਦਿੱਤੀ ਹੈ। ਇਨਸਾਨ ਇੰਨਾ ਖੁਦਗਰਜ਼ ਆ, ਉਹਨੂੰ ਲੱਗਦਾ ਕਿ ਨਹੀਂ ਇਹ ਮੇਰੀ ਰਿਹਾਇਸ਼ ਹੈ, ਮੈਂ ਹੀ ਇੱਥੇ ਰਹਿਣਾ, ਤਾਂ ਉਹ ਇੱਦਾਂ ਦੇ ਚਾਹੇ ਉਹ ਕੋਈ ਗਲੀਆਂ ਦੇ ਵਿੱਚ ਘੁੰਮ ਰਹੇ ਬੇਸਹਾਰਾ ਜਾਨਵਰ ਨੇ, ਚਾਹੇ ਉਹ ਕੋਈ ਹੋਰ ਪਸ਼ੂ ਨੇ, ਚਾਹੇ ਇੱਦਾਂ ਦੇ ਜਾਨਵਰ ਨੇ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਖਤਰਾ ਤਾਂ ਉਹਨੂੰ ਆਪ ਨੂੰ ਆ, ਡਰਦਾ ਤਾਂ ਉਹ ਆਪਦੇ ਅੰਦਰੋਂ, ਇਨਸਾਨ ਸੱਪ ਤੋਂ ਡਰਦਾ ਕਿ ਮੈਨੂੰ ਸੱਪ ਨਾ ਮਾਰ ਦੇ, ਉਹਦੇ ਅੰਦਰਲੇ ਡਰ ਕਰਕੇ ਉਹ ਸੱਪ ਨੂੰ ਮਾਰੀ ਜਾਂਦਾ, ਉਹ ਗੋਹ ਨੂੰ ਮਾਰੀ ਜਾਂਦਾ, ਖਾਣ ਵਾਸਤੇ ਵੀ ਮਾਰੀ ਜਾਂਦੇ ਨੇ। ਤਾਂ ਇਹ ਜੀਵ ਜੰਤੂ ਜਿਹੜੇ ਹੈਗੇ ਧਰਤੀ ਦੇ ਜੀਵ ਨੇ, ਔਰ ਫਸਲੀ ਮਿੱਤਰ ਵੀ ਨੇ। ਜਿਵੇਂ ਮੈਂ ਵਿੱਚ ਰਹਿ ਗਈ ਗੱਲ ਕਿ ਜੇ ਇੰਡੀਅਨ ਰੈਟ ਸਨੇਕ ਦਾਮਨ ਦੀ ਗੱਲ ਕਰੀਏ, ਘੋੜਾ ਪਛਾੜ ਉਹਦਾ ਨਾਮ ਹੈ, ਉਹ 600 ਦੇ ਨੇੜੇ ਤੇੜੇ ਚੂਹੇ ਖਾ ਜਾਂਦਾ, ਫਸਲਾਂ ਨੂੰ ਬਚਾਉਣ 'ਚ ਕਿੱਡਾ ਉਹਦਾ ਜਿਹੜਾ ਹੈਗਾ ਇੱਕ ਹੱਥ ਹੁੰਦਾ। ਇੱਦਾਂ ਦੇ ਹੋਰ ਜਾਨਵਰਾਂ ਦੀ ਵੀ ਆਪੋ ਆਪਣੀ ਖਾਸੀਅਤ ਹੈ, ਹਰ ਇੱਕ ਜੀਵ ਦੀ ਇੱਕ ਖਾਸੀਅਤ ਹੈ। ਤਾਂ ਮੇਰਾ ਸੁਨੇਹਾ ਤਾਂ ਇਹੀ ਹੈ ਕਿ ਜੀਓ ਔਰ ਜੀਨੇ ਦੋ, ਮਨੁੱਖ ਨੇ ਜੀਣਾ ਤਾਂ ਦੂਜੇ ਜੀਵ ਜੰਤੂਆਂ ਨੂੰ ਵੀ ਜਿਉਣ ਦਾ ਹੱਕ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।